ਗੈਸ ਪਾਈਪਲਾਈਨ 'ਚ ਹੋਇਆ ਬਲਾਸਟ, ਘਰ ਦੇ ਅੰਦਰ ਹੀ ਮੌਜੂਦ ਸੀ ਪਰਿਵਾਰ, ਧਮਾਕੇ ਨਾਲ ਘਰ ਦੀਆਂ ਕੰਧਾਂ 'ਚ ਪੈ ਗਏ ਪਾੜ। ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ। ਪਟਿਆਲਾ ਦੇ ਜਗਤਾਰ ਨਗਰ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਵੱਲੋਂ ਘਰ ਘਰ ਵਿੱਚ ਗੈਸ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਹਾਲਾਂਕਿ ਇਹ ਜੋ ਕੰਮ ਹੈ ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਸੀ ਅਤੇ ਉੱਥੇ ਹੀ ਇੱਕ ਘਰ ਦੇ ਵਿੱਚ ਗੈਸ ਪਾਈਪਲਾਈਨ ਦੇ ਮੀਟਰ ਦੇ ਵਿੱਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਘਰ ਦੇ ਵਿੱਚ ਪਰਿਵਾਰ ਮੌਜੂਦ ਸੀ ਅਤੇ ਉਹ ਨਾਸ਼ਤਾ ਕਰ ਰਹੇ ਸੀ ਅਤੇ ਜਦ ਇੱਕਦਮ ਹੀ ਧਮਾਕਾ ਹੋਇਆ ਤਾਂ ਉਹਨਾਂ ਨੂੰ ਲੱਗਾ ਕਿ ਗੈਸ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਹੈ, ਪਰ ਬਾਹਰ ਆ ਕੇ ਜਦ ਉਹਨਾਂ ਨੇ ਦੇਖਿਆ ਤਾਂ ਗੈਸ ਪਾਈਪਲਾਈਨ ਦੇ ਮੀਟਰ ਦੇ ਵਿੱਚ ਬਲਾਸਟ ਹੋਇਆ ਸੀ। ਹਾਲਾਂਕਿ ਬਲਾਸਟ ਇੰਨਾ ਜ਼ੋਰਦਾਰ ਸੀ ਕਿ ਉਸਦੀ ਆਵਾਜ਼ ਸੁਣਦਿਆਂ ਆਂਢ ਗੁਆਂਢ ਦੇ ਘਰਾਂ ਦੇ ਲੋਕ ਵੀ ਗਲੀ ਦੇ ਵਿੱਚ ਆ ਕੇ ਇਕੱਠੇ ਹੋ ਗਏ ਅਤੇ ਸਭ ਇਸ ਦਾ ਕਾਰਨ ਲੱਭਣਾ ਸ਼ੁਰੂ ਹੋ ਗਏ ਕਿ ਆਖਰ ਬਲਾਸਟ ਕਿੱਥੇ ਹੋਇਆ। ਪਰ ਘਰ ਦੇ ਵਿੱਚ ਗੈਸ ਪਾਈਪਲਾਈਨ ਦੇ ਮੀਟਰ ਦੇ ਵਿੱਚ ਬਲਾਸਟ ਹੋਇਆ ਸੀ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਕਿਉਂਕਿ ਘਰ ਦੇ ਵਿੱਚ ਕੰਮ ਕਰ ਰਹੀ ਕੰਮ ਵਾਲੀ ਮਹਿਲਾ ਉੱਥੇ ਹੀ ਬੈਠੀ ਹੋਈ ਸੀ, ਪਰ ਕੁਝ ਦੇਰ ਪਹਿਲਾਂ ਹੀ ਉਹ ਉੱਥੋਂ ਬਾਹਰ ਆ ਗਈ ਸੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਹਾਲਾਂਕਿ ਇਹ ਵੀ ਬਚਾ ਰਿਹਾ ਕਿ ਪਾਈਪਲਾਈਨ ਦੇ ਵਿੱਚ ਗੈਸ ਨਹੀਂ ਸੀ, ਨਹੀਂ ਤਾਂ ਵੱਡਾ ਧਮਾਕਾ ਵੀ ਹੋ ਸਕਦਾ ਸੀ। ਪਰ ਇਹ ਜੋ ਬਲਾਸਟ ਹੋਇਆ ਇਸਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਘਰ ਦੇ ਵਿੱਚ ਜੋ ਪਰਿਵਾਰ ਬੈਠਾ ਹੋਇਆ ਸੀ ਉਹ ਵੀ ਇੱਕਦਮ ਡਰ ਗਏ ਕਿ ਪਤਾ ਨਹੀਂ ਕੀ ਹੋਇਆ ਹੈ, ਅਤੇ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਘਰ ਘਰ ਦੇ ਵਿੱਚ ਇਹ ਪਾਈਪਲਾਈਨ ਦਾ ਜੋ ਕੰਮ ਹੈ ਉਹ ਚੱਲ ਰਿਹਾ ਸੀ, ਪਰ ਉੱਥੇ ਹੀ ਨਿੱਜੀ ਕੰਪਨੀ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਟੈਸਟਿੰਗ ਦਾ ਹਵਾਲਾ ਦੇ ਕੇ ਮਾਮਲੇ ਨੂੰ ਅਗਾਂਹ ਤੇ ਸੁੱਟ ਦਿੱਤਾ। ਪਰ ਪਰਿਵਾਰ ਦੇ ਵਿੱਚ ਫਿਲਹਾਲ ਡਰ ਦਾ ਸਹਿਮ ਦਾ ਮਾਹੌਲ ਹੈ ਕਿਉਂਕਿ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ ਅਤੇ ਉਹਨਾਂ ਨੂੰ ਡਰ ਸੀ ਕਿ ਇੱਕਦਮ ਇਹ ਧਮਾਕਾ ਹੋਇਆ ਅਤੇ ਜੇ ਪਾਈਪਲਾਈਨ ਦਾ ਕੰਮ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਗਾਂਹ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਨਿੱਜੀ ਕੰਪਨੀ 'ਤੇ ਵੀ ਦੋਸ਼ ਲਗਾਏ ਕਿ ਅਜਿਹੀ ਪਾਈਪਲਾਈਨ ਦੇ ਨਾਲ ਸਾਨੂੰ ਜਾਣ ਦਾ ਖਤਰਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਹਟਾ ਦਿੱਤਾ ਜਾਵੇ, ਪਰ ਉੱਥੇ ਹੀ ਨਿੱਜੀ ਕੰਪਨੀ ਦੇ ਅਧਿਕਾਰੀ ਦਾ ਇਹੀ ਕਹਿਣਾ ਹੈ ਕਿ ਸਾਡੇ ਵੱਲੋਂ ਇਹ ਜੋ ਪਾਈਪਲਾਈਨ ਹੈ ਘਰ ਘਰ ਵਿੱਚ ਲਗਾਈ ਜਾ ਰਹੀ ਹੈ ਅਤੇ ਟੈਸਟਿੰਗ ਦੇ ਦੌਰਾਨ ਇਹ ਹਾਦਸਾ ਹੋਇਆ ਹੈ ਜਿਸ ਨੂੰ ਲੈ ਕੇ ਉਹਨਾਂ ਨੂੰ ਡਰਨ ਦੀ ਗੱਲ ਨਹੀਂ। ਪਰ ਪਟਿਆਲਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਗੈਸ ਪਾਈਪਲਾਈਨ ਦੇ ਮੀਟਰ ਦੇ ਵਿੱਚ ਬਲਾਸਟ ਹੋਇਆ ਹੈ ਅਤੇ ਬਲਾਸਟ ਇੰਨਾ ਜ਼ੋਰਦਾਰ ਸੀ ਕਿ ਆਂਢ ਗੁਆਂਢ ਦੇ ਕਈ ਘਰਾਂ ਤੱਕ ਉਸਦੀ ਆਵਾਜ਼ ਗੂੰਜੀ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣ ਗਿਆ। ਲੋਕ ਗਲੀ ਦੇ ਵਿੱਚ ਆ ਕੇ ਇਕੱਠਾ ਹੋ ਗਏ ਅਤੇ ਬਚਾਅ ਇਹ ਰਿਹਾ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦੀਆਂ ਕੰਧਾਂ ਦੇ ਵਿੱਚ ਪਾੜ ਪੈ ਗਏ ਨੇ, ਜੋ ਸੀਮੈਂਟ ਆ ਕੰਧਾਂ ਦਾ ਉਹ ਉੱਖੜ ਗਿਆ, ਪਰ ਜੋ ਜਾਨੀ ਨੁਕਸਾਨ ਹੈ ਉਹ ਇਸ ਹਾਦਸੇ ਦੇ ਵਿੱਚ ਕੋਈ ਨਹੀਂ ਹੋਇਆ। ਹਾਲਾਂਕਿ ਗੈਸ ਪਾਈਪਲਾਈਨ ਦੇ ਵਿੱਚ ਇਹ ਬਲਾਸਟ ਹੋਇਆ ਔਰ ਗੈਸ ਉਸ ਵਿੱਚ ਨਹੀਂ ਸੀ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹਨਾਂ 4 ਦਿਨ ਤੋਂ ਟੋਰੈਂਟ ਗੈਸ ਵਾਲੇ ਆਏ ਹੋਏ ਸੀਗੇ ਅਤੇ ਪ੍ਰੈਸ਼ਰ ਪ੍ਰੂਸ਼ਰ ਪਾ ਕੇ ਚੈੱਕ ਕਰ ਰਹੇ ਸੀਗੇ। ਮੈਂ ਕੱਲ੍ਹ ਇਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਜੀ ਇਹ ਕੀ ਹੋ ਰਿਹਾ, 4 ਦਿਨ ਹੋ ਗਏ ਤੁਹਾਨੂੰ, ਕੋਈ ਫਾਲਟ ਪੈ ਗਿਆ? ਕਹਿੰਦੇ ਨਾ ਜੀ। ਅਤੇ ਅੱਜ ਸਵੇਰੇ ਆਪਣਾ 10 ਵਜੇ 10:30 ਵਜੇ ਅਤੇ ਰੋਟੀ ਖਾ ਰਹੇ ਸੀ ਅੰਦਰ ਅਤੇ ਇੱਕਦਮ ਬਲਾਸਟ ਹੋਇਆ, ਜਿਵੇਂ ਕਿ ਮੈਂ ਕਿਹਾ ਸਿਲੰਡਰ ਫਟ ਗਿਆ ਕਿਤੇ। ਜਦ ਬਾਹਰ ਆਏ ਤਾਂ ਦੇਖਿਆ ਤਾਂ ਟੋਰਨ ਗੈਸ ਦਾ ਪੌੜੀਆਂ ਦੇ ਉੱਪਰ ਮੀਟਰ ਲੱਗਿਆ ਹੋਇਆ, ਉਹ ਬਲਾਸਟ ਹੋ ਗਿਆ, ਚਿੱਤਰੇ ਚਿੱਥੜੇ ਉੜ ਗਏ ਉਹਦੇ। ਤਾਂ ਸ਼ੁਕਰ ਹੈ ਕਿ 10 ਮਿੰਟ ਪਹਿਲਾਂ ਜਿਹੜੀ ਵਿਚਾਰੇ ਉਹ ਸਫਾਈ ਵਾਲੀ ਆਉਂਦੀ ਹੈ ਉਹ ਚਲੀ ਗਈ, ਉਰੇ ਬੈਠੀ ਸਫਾਈ ਕਰਨ ਦਾ ਸਿਰ ਸੁਰ ਫਟ ਜਾਂਦਾ ਕਿਸੇ ਦਾ। ਕਿੰਨਾ ਨੁਕਸਾਨ ਹੋਇਆ ਇਹਦੇ 'ਚ ਬਲਾਸਟ ਹੋਣ ਕਾਰਨ? ਕਿੰਨਾ ਨੁਕਸਾਨ ਹੋਇਆ? ਨਹੀਂ, ਨੁਕਸਾਨ ਤਾਂ ਬਚਾਅ ਹੋ ਗਿਆ, ਨੁਕਸਾਨ ਨਹੀਂ ਹੋਇਆ ਕਿਸੇ ਦਾ। ਅਤੇ ਕਿੰਨੇ ਲੋਕ ਮੌਜੂਦ ਸੀਗਾ ਘਰੇ? ਅਸੀਂ ਸੀਗੇ, ਮੇਰਾ ਬੇਟਾ ਸੀ, ਵਾਈਫ ਸੀ ਅਤੇ ਮੈਂ ਸੀਗਾ।
ਕਿਹਦੇ ਤੋਂ ਇਹਨਾਂ ਦੀ ਅਣਗਹਿਲੀ ਕਾਰਨ ਇਹ ਹੋਇਆ? ਇਹ ਅਣਗਹਿਲੀ ਹੋਈ ਜੀ, ਮੈਂ ਤਾਂ ਇਹਨਾਂ ਨੂੰ ਕਿਹਾ ਜੀ ਪੱਟ ਕੇ ਲੈ ਜਾਓ, ਇਹ ਤਾਂ ਸ਼ੁਕਰ ਇਹਦੇ ਵਿੱਚ ਗੈਸ ਨਹੀਂ ਸੀਗੀ, ਜੇ ਗੈਸ ਹੁੰਦੀ ਤਾਂ ਘਰ ਨੂੰ ਅੱਗ ਲੱਗ ਜਾਂਦੀ। ਅਤੇ ਕਦ ਲਗਵਾਇਆ ਸੀ ਕਨੈਕਸ਼ਨ ਤੁਸੀਂ? ਕਨੈਕਸ਼ਨ ਇਹਨੂੰ ਲੱਗੇ ਨੂੰ ਤਾਂ ਮੇਰੇ ਖਿਆਲ ਹੋ ਗਏ 2-3 ਮਹੀਨੇ ਹੋ ਗਏ। ਅੱਛਾ, ਅੱਜ ਇਹ ਗੱਲ ਹੋ ਗਈ ਹੈ ਅਤੇ ਚਾਲੂ ਨਹੀਂ ਹੋਇਆ, ਪਰ ਇਹ ਪ੍ਰੈਕਟਿਸ ਜੋ ਇੱਕ ਟੈਕਨੀਕਲ ਚੱਲ ਰਹੀ ਹੈ ਵੀ ਇੱਕ ਚੈਕਿੰਗ ਕਰ ਰਹੇ ਨੇ, ਉਹ ਚੈਕਿੰਗ ਤੋਂ ਪਹਿਲਾਂ ਹੀ ਫਟ ਗਿਆ ਇਹ। ਅਤੇ ਕੀ ਕਹਿੰਦੇ ਤੁਸੀਂ ਇਹਨਾਂ ਦੇ ਜਿਹੜੇ ਹੈਗੇ ਇੱਥੇ ਠੇਕੇਦਾਰ, ਇਹ ਕੰਮ ਵੀ ਨਹੀਂ? ਇਹਨਾਂ ਦੇ ਉਹ ਆਏ ਹੋਏ ਸੀਗੇ ਮੁਨਾਇੰਦੇ, ਜਿਹੜੇ ਸੀਨੀਅਰ ਨੇ ਉਹ ਵੀ ਖੜ੍ਹੇ ਸੀਗੇ, ਉਹ ਲੈ ਗਏ ਮੀਟਰ ਮੂਟਰ ਚੱਕ ਕੇ। ਮੈਂ ਕਿਹਾ ਭਾਈ ਇਹਨੂੰ ਪੱਟ ਕੇ ਲੈ ਜਾਓ, ਸਾਨੂੰ ਨਹੀਂ ਚਾਹੀਦਾ। ਕਹਿੰਦੇ ਕੋਈ ਨਹੀਂ, ਸਾਡੀ ਗਲਤੀ ਹੈ, ਅਸੀਂ ਇਹਨੂੰ ਦੇ ਹਾਂ ਮੰਨ ਕੇ ਗਏ ਨੇ, ਗਲਤੀ ਹੈ। ਹੁਣ ਕਿੱਦਾਂ ਦੀ ਇਹ ਕਰਦੇ, ਕਿਉਂਕਿ ਲੋਕ ਇਹ ਗੈਸ ਨੂੰ ਬਹੁਤ ਲਗਾ ਰਹੇ ਆ, ਕਿੱਦਾਂ ਤੁਹਾਡੇ ਘਰ ਨਹੀਂ? ਸਾਰੀ ਗਲੀ ਇਕੱਠੀ ਹੋ ਗਈ ਆ, ਸਾਰੀ ਗਲੀ ਕਹਿ ਰਹੀ ਆ ਵੀ ਅਸੀਂ ਨਹੀਂ ਲਵਾਉਣਾ ਇਹ, ਪੱਟ ਕੇ ਲੈ ਜਾਓ ਇਹਨੂੰ। ਪਹਿਲਾਂ ਵੀ ਹੋਇਆ ਕਿ ਪਹਿਲੀ ਵਾਰੀ ਹੋਇਆ? ਇਹ ਤਾਂ ਸਾਡੇ ਉਹਦਾ ਪਹਿਲੀ ਵਾਰ ਆਇਆ, ਬਾਕੀਆਂ ਦਾ ਪਤਾ ਨਹੀਂ। ਹੁਣ ਕਿੱਦਾਂ ਦੀ ਕੀ ਮੰਗ ਕਰ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਕਹਿਣਾ ਵੀ ਅਸੀਂ ਤਾਂ ਲਵਾਉਣੀ ਨਹੀਂ ਹੈ, ਬਾਕੀ ਲੋਕਾਂ ਦੀ ਮਰਜ਼ੀ ਹੈ ਜੀ। ਅਤੇ ਹੁਣ ਠੇਕੇਦਾਰ ਸਾਰੇ ਭੱਜ ਗਏ? ਠੇਕੇਦਾਰ ਸਾਰੇ ਭੱਜ ਗਏ। ਹਾਂਜੀ, ਲਾਇਆ ਹੋਇਆ। ਕਿੰਨੇ ਪੈਸੇ ਦੇ ਕੇ ਲਵਾਇਆ ਇਹ ਵਾਲਾ? 7,000 ਰੁਪਇਆ ਦਿੱਤਾ। ਇਹ ਚਾਲੂ ਹੈ ਤੁਹਾਡੇ ਕੋਲ ਹੁਣ? ਨਾ ਵੀ ਚਾਲੂ ਕੋਈ ਨਹੀਂ, ਕਰਨੀ ਹੈ ਇਹਨਾਂ ਨੇ ਚਾਲੂ, ਅੱਜ ਹੀ ਕਰ ਲਾਂਗੇ ਚਾਲੂ, ਅੱਜ ਪਟਾਕਾ ਪੈ ਗਿਆ ਪੜੋਸੀਆਂ ਦੇ। ਕੀ ਤੁਸੀਂ ਲਗਾਇਆ ਉਸ ਤੋਂ ਬਾਅਦ ਹੁਣ ਬੰਦ ਕਰ ਲਿਓ ਇਹਨੂੰ? ਹਾਂ, ਬੰਦ ਕਰਵਾਉਣਗੇ ਅਸੀਂ ਨਹੀਂ ਚੱਲਦੇ। ਕੀ ਲੱਗਦਾ ਇਹ ਸੇਫਟੀ ਨਹੀਂ ਹੈ? ਨਾ ਸੇਫਟੀ ਨਹੀਂ, ਖਤਰਨਾਕ ਹੀ ਹੈ। ਅਤੇ ਜਿਹੜੇ ਠੇਕੇਦਾਰ ਸੀ ਭੱਜ ਗਏ ਮੌਕੇ ਤੋਂ? ਹਾਂਜੀ, ਮੌਕੇ ਤੋਂ ਭੱਜ ਗਏ ਨੇ, ਬਾਅਦ 'ਚ ਐਂ ਜਦੋਂ ਜ਼ਿਆਦਾ ਸਾਰਾ ਹੋ ਗਿਆ ਨਾ, ਜੇ ਨੁਕਸਾਨ ਜ਼ਿਆਦਾ ਫਿਰ ਮੰਨੇ ਮੰਨੇ ਕਿ ਸਾਡੀ ਗਲਤੀ ਹੈ? ਇੰਨੇ ਨਹੀਂ ਮੰਨੇ, ਖਾਸ ਨਹੀਂ ਮੰਨੇ ਹੈਗੇ। ਅਤੇ ਸਮਾਨ ਸਮੂਨ ਲੈ ਕੇ ਚਲੇ ਗਏ? ਹਾਂਜੀ, ਚਲੇ ਗਏ, ਉਸੇ ਟਾਈਮ ਚਲੇ ਗਏ। ਡਿਫੈਕਟ ਪਹਿਲਾਂ ਹੀ ਪਤਾ ਚੱਲ ਗਿਆ, ਬਾਅਦ 'ਚ ਜਿਹੜੇ ਕਿ ਬਾਕੀ ਘਰਾਂ 'ਚ ਦਿੱਕਤ ਨਹੀਂ ਆਊਗੀ। ਹੁਣ ਅਸੀਂ ਆਪਣੀ ਟੀਮ ਨੂੰ ਕਹਿਤਾ ਹੈ ਕਿ ਜਿੱਥੇ ਜਿੱਥੇ ਜੇ ਕੋਈ ਪ੍ਰੋਬਲਮ ਆਈ ਹੈ ਸਾਰੀ ਸੈਟਲ ਹੋ ਜਾਏਗੀ, ਇਹ ਕੋਈ ਵੱਡੀ ਗੱਲ ਨਹੀਂ ਹੈ, ਇਹ ਨੋਰਮਲ ਰੂਟੀਨ ਹੈ। ਨੁਕਸਾਨ ਹੋ ਜਾਂਦਾ ਸਰ, ਜ਼ਿੰਮੇਵਾਰ ਕੌਣ ਸੀ ਇਹਦਾ? ਇਹ ਗੈਸ ਨਹੀਂ ਹੈ, ਪਹਿਲੀ ਗੱਲ ਇਹ ਅਸੀਂ ਜਸਟ ਟੈਸਟ ਕਰ ਰਹੇ ਸੀ, ਹੈ ਨਾ। ਜਦੋਂ ਟੈਸਟ ਕਰ ਰਹੇ ਸੀ ਤਾਂ ਮੀਟਰ 'ਚ ਜਿਹੜਾ ਡਿਫੈਕਟ ਹੁੰਦਾ ਉਹ ਮੀਟਰ ਦਾ ਡਿਫੈਕਟ ਸਾਨੂੰ ਪਤਾ ਚੱਲ ਗਿਆ ਟੈਸਟਿੰਗ ਨਾਲ, ਹੈ ਨਾ। ਇਹ ਕੋਈ ਨੋਰਮਲ ਐਕਟੀਵਿਟੀ ਹੈ, ਕੋਈ ਐਸੀ ਗੱਲ ਨਹੀਂ ਹੈ। ਅਤੇ ਜਿਹੜੇ ਹੁਣ ਦਰਸ਼ਕ ਲੱਗੇ ਕਿ ਮੇਰੇ ਇਹਨਾਂ ਨੂੰ ਅਸੀਂ ਸਮਝਾਵਾਂਗੇ, ਸਾਡੀ ਟੀਮ ਆ ਕੇ ਇਹਨਾਂ ਨੂੰ ਐਕਸਪਲੇਨ ਕਰੇਗੀ, ਹੈ ਨਾ। ਕੋਈ ਇੰਨੀ ਜਾਨ ਮਾਨ ਵਾਲੀ ਅਸੀਂ ਖਤਰਾ ਨਹੀਂ, ਤੁਸੀਂ ਵੀ ਆਪਣੇ ਵਿਊਅਰਸ ਨੂੰ ਜਾ ਕੇ ਕਹਿ ਸਕਦੇ ਹੋ ਕਿ ਇਹ ਨਹੀਂ ਹੈ। ਜਦ ਤੱਕ ਇਹ ਨੋਰਮਲ ਐਕਟੀਵਿਟੀ ਚੱਲ ਰਹੀ ਹੁੰਦੀ ਹੈ, ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ। ਫੁੱਟੇ ਨਹੀਂ ਹੈ, ਉਹ ਮੀਟਰ ਦੋ ਹਿੱਸਿਆਂ 'ਚ ਹੁੰਦਾ, ਮੀਟਰ ਦਾ ਨੀਚੇ ਵਾਲਾ ਹਿੱਸਾ ਤੁਸੀਂ ਦੇਖੋਗੇ ਬਲਾਸਟ ਹੁੰਦਾ ਤਾਂ ਮੀਟਰ ਫਟਦਾ, ਮੀਟਰ ਫਟਿਆ ਨਹੀਂ ਹੈ, ਮੀਟਰ ਦਾ ਨੀਚੇ ਵਾਲਾ ਹਿੱਸਾ ਨਿਕਲ ਗਿਆ। ਸਰ ਦੇਖੋ, ਲੋਕਾਂ ਨੂੰ ਪਤਾ ਨਹੀਂ ਹੈ, ਲੋਕਾਂ ਨੂੰ ਅਸੀਂ ਐਕਸਪਲੇਨ ਕਰਾਂਗੇ, ਉਸੇ ਵਾਸਤੇ ਸਾਡੀ ਟੀਮ ਹੈ, ਹਮੇਸ਼ਾ ਅਵੇਲੇਬਲ ਰਹੇ ਸਾਡੇ ਵਾਸਤੇ। ਅਸੀਂ ਟੀਮ ਵਾਸਤੇ ਹਮੇਸ਼ਾ ਇੱਥੇ ਅਵੇਲੇਬਲ ਹਾਂ, ਸਾਡੀ ਟੀਮ ਵੀ ਹੈ। ਉਹਨਾਂ ਨੂੰ ਸਾਡੀ ਟੀਮ ਆ ਕੇ ਗੱਲ ਕਰੂਗੀ, ਉਹਨਾਂ ਨੂੰ ਦੱਸੂਗੀ ਕਿ ਰੂਟੀਨ ਐਕਟੀਵਿਟੀ ਹੈ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਵੇਂ ਰੂਟੀਨ ਐਕਟੀਵਿਟੀ ਹੈ। ਗੈਸ ਲਗਾਉਣੇ ਕੰਪਲਸਰੀ ਹੈ ਸਰ? ਸਰ ਇਹ ਤੁਹਾਡੇ ਲੋਕਾਂ ਵਾਸਤੇ ਹੀ ਹੈ, ਹੈ ਨਾ। ਨਹੀਂ, ਕੰਪਲਸਰੀ ਹੈ, ਲੋਕਾਂ ਵਾਸਤੇ ਹੈ। ਜੇ ਲੋਕਾਂ ਲੈਣ ਚਾਹੁੰਦੇ ਨੇ ਬਿਲਕੁਲ ਲੈ ਸਕਦੇ ਨੇ, ਹੈ ਨਾ। ਚਾਲੂ ਨਹੀਂ ਹੋਇਆ, ਬਲਾਸਟ ਹੋ ਜਾਣਾ ਕਿਤੇ ਉਹ ਮੀਟਰ ਦੇ। ਸਰ ਮੈਂ ਤੁਹਾਨੂੰ ਸ਼ਾਇਦ ਤੁਸੀਂ ਸਮਝ ਨਹੀਂ ਪਾ ਰਹੇ ਹੋ, ਹੈ ਨਾ। ਮੈਂ ਕਹਿਣਾ ਚਾਹ ਰਿਹਾ ਕਿ ਇਹਦੀ ਅਸੀਂ ਟੈਸਟਿੰਗ ਕਰ ਰਹੇ ਹਾਂ, ਜਿਹੜੀ ਅਸੀਂ ਲਾਈਨ ਪਾਈ ਹੈ, ਤੇ ਜਿਹੜੇ ਮੀਟਰ, ਮੇਰੀ ਗੱਲ ਸੁਣੋ, ਜਿਹੜੀ ਮੀਟਰ ਇੰਸਟਾਲ ਹੋਇਆ, ਮੀਟਰ ਉਹ ਬਲਾਸਟ ਨਹੀਂ ਹੋਇਆ, ਮੀਟਰ ਦਾ ਨੀਚੇ ਵਾਲਾ ਹਿੱਸਾ ਡੈਮੇਜ ਹੋ ਕੇ ਗਿਰ ਗਿਆ, ਕਿਉਂਕਿ ਉਸ ਡਿਫੈਕਟ ਸੀ। ਇਸ 'ਚ ਆਪਾਂ ਟੈਸਟ ਕਰਦੇ ਹਾਂ ਤਾਂ ਕਿ ਸਾਨੂੰ ਡਿਫੈਕਟ ਦਾ ਪਤਾ ਚੱਲ ਸਕੇ। ਹੁਣ ਸਾਨੂੰ ਡਿਫੈਕਟ ਦਾ ਪਤਾ ਚੱਲ ਗਿਆ, ਹੁਣ ਅਸੀਂ ਇਹਨੂੰ ਠੀਕ ਕਰ। ਤੁਸੀਂ ਦੱਸਿਆ ਸੀ ਇਹਨਾਂ ਨੂੰ ਕਿ ਕੁਝ ਵੀ ਹੋ ਸਕਦਾ? ਇਸ 'ਚ ਕੁਛ ਹੋਣੀ ਹੈ, ਇਹ ਰੂਟੀਨ ਐਕਟੀਵਿਟੀ ਹੈ ਸਰ, ਹੈ ਨਾ। ਰੂਟੀਨ ਐਕਟੀਵਿਟੀ ਜੇ ਤੁਹਾਨੂੰ ਸਮਝਣਾ ਹੈ ਤਾਂ ਤੁਸੀਂ, ਅਸੀਂ ਬਾਅਦ 'ਚ ਗੱਲ ਕਰ ਸਕਦੇ ਹਾਂ ਰੂਟੀਨ ਐਕਟੀਵਿਟੀ ਸਮਝਾਉਣ ਵਾਸਤੇ। ਇਹ ਨਹੀਂ ਐਕਸਪਲੇਨ ਨਹੀਂ ਕਰ ਸਕਦਾ ਮੈਂ ਇੱਥੇ, ਹੈ ਨਾ। ਇਹ ਆਪਣੀ ਰੂਟੀਨ ਐਕਟੀਵਿਟੀ ਹੈ, ਕੋਈ ਨੋਰਮਲ ਕੋਈ ਜਾਨ ਮਾਨ ਦਾ ਖਤਰਾ ਨਹੀਂ ਹੈ। ਤੁਸੀਂ ਆਪਣੇ ਵਿਊਅਰਸ ਨੂੰ ਦੱਸ ਸਕਦੇ ਹੋ, ਤੁਸੀਂ ਆਪਣੇ ਵਿਊਅਰਸ ਨੂੰ ਦੱਸ ਸਕਦੇ ਹੋ ਕਿ ਇਹ ਸੇਫ ਪ੍ਰੋਜੈਕਟ ਹੈ, ਇਹ ਹੈ ਨਾ, ਉਹ ਮੈਂ ਦੱਸ ਹੀ ਰਿਹਾ।